ਤਾਂ ਮਿੱਤਰੋ ਕਰਨ ਔਜਲੇ ਦੀ EP 4U ਦੇ ਦੂਜੇ ਗਾਣੇ ਟੇਕ ਇਟ ਈਜ਼ੀ ਦੀ ਵੀਡੀਓ ਆ ਚੁੱਕੀ ਹੈ। ਆਪਾਂ ਅੱਜ ਉਸ ਵੀਡੀਓ ਦੇ ਉੱਤੇ ਰਿਐਕਟ ਕਰਾਂਗੇ। ਕਰਨ ਔਜਲਾ ਦਾ ਪਹਿਲਾ ਗਾਣਾ 52 ਬਾਸ ਦੀ ਰਿਐਕਸ਼ਨ ਚੈਨਲ ਦੇ ਉੱਤੇ ਅਵੇਲੇਬਲ ਹੈ। ਤੁਹਾਨੂੰ ਉਸ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਆਈ ਬਾਰ ਬਟਨ ਦੇ ਵਿੱਚ ਮਿਲ ਜਾਏਗਾ, ਕਮੈਂਟ ਸੈਕਸ਼ਨ ਦੇ ਵਿੱਚ ਵੀ ਲਿੰਕ ਮਿਲ ਜਾਏਗਾ। ਟੇਕ ਇਟ ਈਜ਼ੀ ਗਾਣੇ ਦੀ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਰਿਐਕਸ਼ਨ ਕਰਦੇ ਹਾਂ ਸਟਾਰਟ। ਅਤੇ ਹਾਂ, ਰਿਐਕਸ਼ਨ ਸਟਾਰਟ ਕਰਨ ਤੋਂ ਪਹਿਲਾਂ ਸਿਰਫ ਇੱਕ ਗੱਲ ਕਹੂੰਗਾ, ਮਸਕੀਕੋ ਨੂੰ ਸਬਸਕ੍ਰਾਈਬ ਕਰ। Sandeep Rehan and Colonel Slav. इफेक्ट कितना घंटे ना वीडियो एडिटिंग वाला। इन्नी ज्यादा रूड कहा तो टोन कर दी तू ता ऐ करे जिवे मेनू ओन कर दी थोड़ा जिहा कर ला बिहेव गोरिए इन्ने बेबे भी ना करे जिन्ने फोन कर दी पैसा फिरा कुट दानी टाइम किथे आ मैं बाला बिजी मैं बाला बिजी पता केरा कर जट दी नी तेरे नाल दी तो पुछ मेरी फैन अज दे सलूट जट जिथों लंघदा नी जिवे डीसी जिवे डीसी आओ यारी ओ लाई है केड़ा मुल ले लिया नी थोड़ा इजी टेक इट इजी आओ यारी ओ लाई है केड़ा मुल ले लिया नी थोड़ा इजी टेक इट इजी ओ कम रोजदार कने मेनू आर के मैं भी फोलने नु खोल लवा आर के दस आ जेगी कड़े दे उत्ते आर के दस सिख लेंगी कत्तने यार के मेरा दिल भी नी करदा रवाउण नु नी तैनु टैटू की ने के हासी बनाउण नु सुपने चौड़ नू मैनू तू थोड़ी चाहिदी आओ जले दा इको आट कहना गोरिये नी सरी बीस सरी बीस आओ यार यो लाई या केड़ा मुल ले ले आनी थोड़ा इजी टेक इट इजी आओ यार यो लाई या केड़ा मुल ले ले आनी थोड़ा इजी टेक इट इजी की पाक के आपे आ मैं तेरे शक ते मैं ता सोनी है हरान तेरी अख ते कदे करे तू सवाल लगे लगते कदे पुछ दी की बनने आए लगते मेनू नी पसंद जदो रहंदी बल्लीए नी खिजी खिजी नी खिजी खिजी आओ यार यो लाई या केड़ा मुल ले ले आनी थोड़ा इजी टेक इट इजी यार यो लाई या केड़ा मुल ले ले आनी थोड़ा इजी टेक इट इजी ਜਦੋਂ ਵੀਡੀਓ ਸਟਾਰਟ ਹੋਈ ਹੋਵੇ ਐਂਡ ਹੋ ਰਹੀ ਹੈ ਉਹ ਇਫੈਕਟ ਨਾਲ ਗਾਣਾ ਕਾਫੀ ਜ਼ਿਆਦਾ ਐਂਟਰਟੇਨਿੰਗ ਸੀਗਾ। ਜਿੰਨੀ ਕਰਨ ਔਜਲੇ ਤੋਂ ਉਮੀਦ ਕੀਤੀ ਸੀ ਉਹਦੇ ਨਾਲੋਂ ਤਾਂ ਕਾਫੀ ਵਧੀਆ ਹੀ ਆਪਾਂ ਨੂੰ ਗਾਣੇ ਦੀ ਵੀਡੀਓ ਅਤੇ ਆਡੀਓ ਦੇਖਣ ਨੂੰ ਮਿਲੀ ਹੈ। ਗਾਣਾ ਪੂਰਾ ਟੌਪ ਨੌਚ ਸੀਗਾ ਬਾਈ ਦਾ। ਗਾਣੇ ਦੀ ਜਿੰਨੀ ਸਿਫਤ ਕਰੋ ਓਨੀ ਹੀ ਘੱਟ ਹੈ। ਕਰਨ ਔਜਲਾ ਇਜ਼ ਔਨ ਫਾਇਰ ਬੇਬੀ, ਹੀ ਇਜ਼ ਟਰਾਇੰਗ ਸਮਥਿੰਗ ਨਿਊ ਜੋ ਪੰਜਾਬੀ ਇੰਡਸਟਰੀ 'ਚ ਕਦੇ ਹੋਇਆ ਨਹੀਂ। ਅਤੇ ਹੀ ਇਜ਼ ਆਊਟ ਆਫ ਦਾ ਲੀਗ, ਹੀ ਇਜ਼ ਆਊਟ ਆਫ ਦਾ ਕੰਪੀਟੀਸ਼ਨ। ਆਈ ਥਿੰਕ ਨੋ ਵਨ ਇਨ ਦਾ ਇੰਡਸਟਰੀ ਕੈਨ ਬੀਟ ਹਿਮ ਨਾਓ, ਸੋ ਦੇਅਰ ਇਜ਼ ਨੋ ਨੀਡ ਆਫ ਕੰਪੈਰੀਜ਼ਨ ਵਿਦ ਹਿਮ ਵਿਦ ਐਨੀ ਵਨ ਐਲਸ। ਕਰਨ ਔਜਲਾ ਕੇ ਯਾਰ ਜ਼ਿਆਦਾਤਰ ਗਾਣੇ ਐਸੇ ਹੋਤੇ, ਚਾਹੇ ਤੂੰ ਪਹਿਲੀ ਵਾਰ ਸੁਣੋ ਤੋ ਤੁਮੇ ਸ਼ਾਇਦ ਪਸੰਦ ਨਾ ਆਏ, ਸ਼ਾਇਦ ਪਸੰਦ ਨਾ ਆਏ, ਮਗਰ ਅਗਰ ਤੂੰ ਬਾਰ ਬਾਰ ਸੁਣੋਗੇ ਨਾ ਤੋ ਤੁਮੇ ਯੇ ਗਾਣੇ ਤੁਹਾਡੇ ਦਿਮਾਗ ਪੇ ਰਿਪੀਟ ਮੋਡ ਪੇ ਚਲ ਜਾਏਂਗੇ। ਯੇ ਗਾਣੇ ਤੁਮੇ ਇਤਨਾ ਜ਼ਿਆਦਾ ਤੁਹਾਡੇ ਦਿਲ ਮੇ ਜਗ੍ਹਾ ਬਣਾ ਲੇਂਗੇ ਨਾ ਕਿ ਤੁਮ ਕਬ ਇਨ ਗਾਣੋ ਸੇ ਔਰ ਕਰਨ ਔਜਲਾ ਸੇ ਐਡਿਕਟਡ ਹੋ ਜਾਓਗੇ, ਤੁਮੇ ਪਤਾ ਹੀ ਨਹੀਂ ਚਲੇਗਾ। ਕਰਨ ਔਜਲਾ ਇਜ਼ ਔਨ ਨੈਕਸਟ ਲੈਵਲ। ਮੈਂ ਤਾਂ ਅਗਲੇ EP ਦੇ ਥਰਡ ਗਾਣਾ ਕਿਹੜਾ ਸੀ ਫਾਲਨ ਅਪਾਰਟ, ਉਹਦੀ ਵੀਡੀਓ ਦਾ ਵੇਟ ਕਰਦਾ ਕਿਉਂਕਿ ਉਸ ਪੂਰੀ EP ਦੇ ਵਿੱਚ ਨਾ ਮੇਰਾ ਉਹ ਗਾਣਾ ਸਭ ਤੋਂ ਵੱਧ ਫੇਵਰੇਟ ਹੈ ਫਾਲਨ ਅਪਾਰਟ। ਉਹਦੀ ਵੀਡੀਓ ਦਾ ਮੈਨੂੰ ਬਹੁਤ ਜ਼ਿਆਦਾ ਇੰਤਜ਼ਾਰ ਹੋਊਗਾ, ਜਦੋਂ ਵੀ ਆਊਗੀ ਨਾਲ ਦੀ ਨਾਲ ਆਪਾਂ ਉਹਦੀ ਵੀਡੀਓ 'ਤੇ ਰਿਐਕਟ ਕਰ ਦਾਂਗੇ। ਚਲੋ ਜੀ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।